ਲੈ ਜੀ, ਪਹਿਲੀ ਗੱਡੀ ਖੇਡ ਅਕਾਊਂਟ ਦੇ ਵਿੱਚ ਹੈ। ਜਿਹਨੇ ਜਿਹਨੇ ਪਰਮਾਤਮਾ ਨੇ ਦੋ ਹੱਥ ਰੱਖੇ ਹੋਏ ਤਾੜੀ ਮਾਰ ਦਿਓ, ਜਿਹਨੇ ਜਿਹਨੇ ਪਰਮਾਤਮਾ ਨੇ ਦੋ ਹੱਥ ਦਿੱਤੇ ਹੈ ਉਹ ਤਾੜੀ ਮਾਰ ਕੇ ਖੜਾ ਜੀ ਦਾ ਸਵਾਗਤ ਕਰ ਰਹੇ ਗੋਆ ਤੰਦੂ ਵਾਲੀ ਆ। ਇਸ ਰਾਈ ਦਾ ਧੰਨਵਾਦ ਗੁਰਜ। ਗੁਰਜ ਦੇ ਚੱਕਰ ਚ ਨਾ ਕਿਤੇ ਪੰਗਾ ਪੜ ਜਿਓ, ਕਦੇ ਗੁਰਜ ਦੇ ਚੱਕਰ ਚ ਨਾ ਬੰਦੇ ਇੱਕ ਦੇ ਦੋ ਕਰਦੇ ਹੋ। ਤਰਸੀਮ ਸਿੰਘ ਦਾ ਪੁੱਤਰ ਕਹਿੰਦੇ ਅਗਲੀ ਕਬੱਡੀ ਪਾਉਣ ਚੱਲ ਰਾਣਾ, ਕਹਿੰਦੇ ਇਸ ਮੁੰਡੇ ਦਾ ਵੀਜ਼ਾ ਜਿਹੜਾ ਹੈ ਮਲੇਸ਼ੀਆ ਦਾ ਉਹ ਵੱਡੇ ਛੇ ਬੜੇ ਰਾਂਡੇ ਨੇ ਲਵਾਇਆ ਸੀ। ਸਾਡੀ ਕਬੱਡੀ ਰਾਂਡੇ ਵੀ ਮਾਣ ਕਰਦਾ ਤੇ ਸ਼ਿੰਦਰ ਜਲੀਸ ਵੀ ਮਾਣ ਕਰਦਾ, ਇਸ ਵਾਰੀ ਦੇ ਨੰਬਰਦਾਰ ਹੈ ਤੇ ਆਓ ਸਾਹਮਣੇ ਕਬੱਡੀ ਦੇ ਦੂਜੇ ਪਾਸੇ ਪਾਲਾ ਮੇਰਾ ਪਾਲਾ ਮਰਿਆ ਤੀਆਂ ਵਾਲਾ ਕਬੱਡੀ ਲਾਲੀ ਦੀ ਤੇ ਦੂਜੇ ਪਾਸੇ ਤਰਪੱਲੇ ਸਿੰਘ ਦਾ ਮਨ ਗੁਸ਼ਾ ਦਾ ਨਲੀ ਸ਼ਿਕਾਰ ਦਾ ਸਾਬੀ ਤੇ ਡੇਰ ਹੈ ਕਬੀ ਚਾਰ ਜਾਫੀ ਚਾਰ ਜਾਫੀ ਜਾਫੀ ਚਾਰ ਪਹਿਲਾ ਯੱਥਾ ਫੇਰ ਗਰਾਊਂਡ ਦੇ ਵਿੱਚ ਗੁਰਜ ਦੇ ਲਈ ਮੁੰਡਾ ਗੁਰਜ ਲੈਣ ਵਾਲੀ ਲੈਣ ਦੇ ਵਿੱਚ ਲੱਗ ਗਏ। ਪਹਿਲਾ ਜੱਥਾ ਲਾ ਗਏ ਪਹਿਲਾ ਜੱਥਾ ਲਾ ਦੇ ਕਬਲੀ ਡੇਰਾ ਬਾਬਾ ਨਾਨਕ ਨੇ ਅਗਲੀ ਕਬੱਡੀ ਕਹਿੰਦੇ ਆ ਹੈ ਨੌਜਵਾਨ ਇਹ ਗੁਰਮਤ ਤੇ ਗੁਲਾਬਾ ਗੁਲਾਬਾ ਮੈਂ ਮਾਝੇ ਦੀ ਚਿੱਟੀ ਤੇ ਗੁਲਾਬਾ ਮੇਰਾ ਨਿਕਾ ਗਿਆ, ਮੈਂ ਮਾਝੇ ਦੀ ਚਿੱਟੀ ਗੁਲਾਬਾ ਮੇਰਾ ਨਿਕਾ ਗਿਆ ਧਾੜੀ ਮਾਰ ਦੇ ਤੇ ਤੇਰੇ ਨੌਜਵਾਨ ਕਮਲੀ ਤੇ ਸਾਨੂੰ ਖੁਰਜ ਫੜ ਕੇ ਵੇਖਿਆ ਸੀ ਉਧਰੋਂ ਕਮਲੀ ਨੇ ਤੇ ਇਧਰੋਂ ਜੱਥਾ ਲੈ ਕੇ ਗੁਲਾਬੇ ਨੇ, ਐਂ ਲੱਗਦਾ ਜਿਵੇਂ ਖੋਹ ਲਿਆ ਹੋਵੇ, ਐਂ ਲੱਗਦਾ ਜਿਵੇਂ ਖੋਹ ਲਿਆ ਹੋਵੇ। ਹੁਣ ਅਗਲੀ ਕਬੱਡੀ ਸਾਬੇ ਦੀ ਮਨਿਆਦੀਆਂ ਦੇ ਸਾਬੇ ਦੀ ਕਬੱਡੀ ਹੈ, ਕਹਿੰਦੇ ਪਚਾਸ ਦੇ ਪਿੰਡਾਂ ਦੇ ਮਿਆਦੀਆਂ ਦੇ ਵਿੱਚ ਨਾਨਕ ਇਹ ਸ਼ਰਾਰੀ ਦੇ ਦੂਜੇ ਪਾਸੇ ਉਧਰ ਮਨ ਟੱਲਿਆਂ ਵਾਲਾ ਫੇਰ ਗੁਰਜ ਖੋਹ ਨੂੰ ਫਿਰਦਾ ਹੋਵੇ, ਮੇਰਾ ਖਿਆਲ ਹੈ ਭਗਵਾਨ ਜੀ ਅੱਜ ਗੁਰਜ ਦੇ ਢੋ ਫਲ ਹੋਣਗੇ, ਗੁਰਜ ਦੇ ਢੋ ਫਲ ਹੋਣਗੇ। ਟੱਲਿਆਂ ਵਾਲਾ ਮਨ ਪੱਲੇ ਵਾਲਾ ਮਨ ਚੰਬੜ ਗਿਆ, ਚੰਬੜ ਏਦਾਂ ਗਿਆ ਜਿਵੇਂ ਪਟੇ ਨੂੰ ਲੁੱਕ ਚੰਬੜਦੀ ਹੈ, ਇਹ ਪੱਲੇ ਵਾਲਾ ਮਨ ਹੈ। ਕਹਿੰਦੇ ਮੁੰਡਾ ਬੈਸਟ ਜਾਫੀ ਬਣਿਆ ਹੈ ਜਿਹੜਾ ਕਬੱਡੀ ਕੱਪ ਜੀਤੂ ਅਵਾਨ ਹੋਰਾਂ ਨੇ ਕਰਵਾਇਆ, ਪਰਜੀਤ ਸਿੰਘ ਹੋਰਾਂ ਨੇ ਕਰਵਾਇਆ ਅਵਾਨ ਪਿੰਡ ਦੇ ਵਿੱਚ ਕੋਚ ਨੈਸ਼ਨਲ ਦੀ ਟੀਮ ਦੇ ਲਈ ਖੇਡਿਆ ਤੇ ਇਹ ਮੁੰਡੇ ਨੇ ਗੁਰਜ ਲੁੱਟਿਆ ਸੀ। ਕਬੱਡੀ ਕਬੱਡੀ ਸਾਜ ਕਬੱਡੀ ਜੋ ਬਣ ਗਈ ਹੈ, ਕਬੱਡੀ ਜੋ ਬਣ ਗਈ ਆਹੀ ਗੋਬਨ ਕਬੱਡੀ। ਦੂਜੇ ਪਾਸੇ ਕਿਹੜਾ ਜਾਫੀ ਜੱਥਾ ਲਵੇਗਾ, ਕਿਹੜਾ ਰੋਕ ਬਿਠਾਏਗਾ, ਇਹ ਨੌਜਵਾਨਾ ਇਹ ਲਾਲੀ ਲਾਲੀ ਪਰ ਗੋਬਨ ਨਹੀਂ ਬਣਦਾ। ਕਹਿੰਦਾ ਤੇਰੀ ਮੇਰੀ ਨਹੀਂ ਬਣਨੀ ਸੋਹਣਿਆ ਜੋੜੀ, ਉਹ ਤੂੰ ਕਾਲਾ ਤੇ ਮੈਂ ਗੋਰੀ, ਤੇਰੀ ਮੇਰੀ ਨਹੀਂ ਬਣਨੀ, ਨਹੀਂ ਬਣਨੀ ਸੋਹਣਿਆ ਜੋੜੀ। ਆਹੀ ਅਗਲੀ ਕਬੱਡੀ ਐਵੇਂ ਕਬੱਡੀ ਪਾਉਣ ਵਾਸਤੇ ਕਹਿੰਦੇ ਪੰਡਤ ਆ ਗਿਆ, ਬੜਾ ਮਿੱਠਾ ਖੇਡਦਾ, ਬੜਾ ਮਿੱਠਾ ਦੇਖਦਾ, ਬੜੀ ਮਿੱਠੀ ਜਵਾਨ ਦਾ ਮਾਲਕ ਹੈ, ਕਿਉਂਕਿ ਆਪਣਾ ਸਰੀਰ ਸਾਡਾ ਧਿਆਨ ਕਬੱਡੀ ਚ ਇਹ ਮੇਰੇ ਆਪ ਪਹਿਲਾਂ ਚੈੱਕ ਕਰਦਾ ਕੋਈ ਵੀ ਸੰਗੀਤ ਬਣਾਵੇ ਜੇ ਪੈਸੇ ਪੰਡਤ ਤੇ ਮਿਲੂ ਪੰਡਤ ਤੇ ਮਿਲੂ। ਕਹਿੰਦੇ ਜਾਤੀਆਂ ਵਾਲਾ ਗੁਰਜ ਹੁਣ ਜਾਵੇ ਗੁਜਰਨਾ, ਗੁਰਜੇ ਨੂੰ ਤੇ ਵਕਤ ਪੈ ਗਿਆ ਕਿ ਇੱਧਰੋਂ ਗੁਲਾਬੇ ਨੇ ਹੱਥ ਪਾਇਆ, ਇੱਕ ਪਾਸੇ ਕਮਲੀ ਮੰਗੀ ਜਾਂਦਾ ਦੂਜੇ ਪਾਸੇ ਮਨ ਖਿੱਚੀ ਜਾਂਦਾ ਹੈ ਤੇ ਰਹਿੰਦੀ ਪੈਸੇ ਦੇ ਚਾਲੇ ਆ ਕੇ ਮੱਲੀ ਨੇ ਫੜ ਲਿਆ। ਕਹਿੰਦੇ ਗੁਰਜ ਦੇ ਭਾਰਨ ਨੂੰ ਫਿਰਦੇ ਮੁੰਡੇ ਫੜਾ, ਗੁਰਜ ਦੇ ਭਾਰਨ ਨੂੰ ਫਿਰਦੇ ਆ। ਇੱਧਰ ਚੱਕੀ ਵੀ ਜਾ ਕੇ ਚੈਨ ਦੇ ਵਿੱਚ ਲੱਗ ਗਿਆ ਹੈ ਵੀ ਇਹਦੇ ਜੇ ਪੈਸੇ ਕਿਵੇਂ ਜਾਣੇ, ਗੁਰਜ ਨੂੰ ਹੱਥ ਪਾਈ ਫਿਰਦੇ ਹੈ, ਇੱਧਰ ਚੱਕੀ ਵੀ ਫੈਸਲੇ ਕਰਨ ਫਿਰਦਾ ਹੈ। ਆਓ ਸੁਣੇ ਕਹਿੰਦੇ ਆਹ ਕਬੱਡੀ ਖਾਰੀ, ਇੱਕ ਪਾਸੇ ਰੁੱਧੀ ਤੇ ਦੂਜੇ ਪਾਸੇ ਮਲਕੀਤ ਖਿੱਚ ਕਮਰਾ। ਕਹਿੰਦੇ ਜੇ ਗਾਉਣ ਵਾਲੇ ਦੀ ਸਿਫਤ ਵਿੱਚ ਜੋਰ ਹੈ ਨੀ
ਤੇ ਕੱਲੇ ਸਾਗ ਵਜਾਉਣ ਦਾ ਕੀ ਫਾਇਦਾ ਹੈ? ਜਿਹੜੇ ਰੋਗੀ ਨੇ ਨਹੀਂ ਪਰਹੇਜ ਕਰਨਾ ਉਹਦਾ ਇਲਾਜ ਕਰਵਾਉਣ ਦਾ ਕੀ ਫਾਇਦਾ? ਕਰਜ਼ਾ ਲੈ ਕੇ ਜਿਹਨਾਂ ਨੇ ਮੋੜਨਾ ਨਹੀਂ ਉਹਦਾ ਵਿਆਜ ਵਧਾਉਣ ਦਾ ਕੀ ਫਾਇਦਾ? ਮੱਖਣ ਬਰਾੜਾ ਦੇ ਘਰ ਨੂੰ ਫੂਕ ਮੋੜ ਦੇ ਐਸੇ ਕਲਾਮ ਵਜਾਉਣ ਦਾ ਕੀ ਫਾਇਦਾ? ਫਿਰ ਇਹਦੀ ਮੱਕੀ ਦੀ ਨਹੀਂ ਬਣਾ ਸਕਦੀ ਤੇ ਕੱਲਾ ਸਾਗ ਬਣਾਉਣ ਦਾ ਕੀ ਫਾਇਦਾ? ਉਹ ਮਨ ਹੈ ਟੁੱਟਣ ਵਾਲਾ। ਹੁਣ ਕਹਿੰਦੇ ਚੌਹਾਂ ਜਾਤੀਆਂ ਦੇ ਹੱਥ ਇੱਕ ਵਾਰੀ ਛੁੱਟ ਗਏ ਆ ਤੇ ਕੱਲਾ ਮਨ ਦਾ ਹੱਥ ਰਹਿ ਗਿਆ, ਕਿਉਂਕਿ ਦੋ ਦਿੱਤੇ ਸਜੇ ਗਗਨ ਮਨ ਦੇ ਤੇ ਬਾਕੀਆਂ ਜਾਤੀਆਂ ਦੇ ਹੱਥ ਗੁਰਜ ਨੇ ਛੁਡਾ ਦਿੱਤੇ ਮੁੰਡੇ ਨੇ। ਕਬੱਡੀ ਰਾਣੇ ਦੀ, ਰਾਣੇ ਪਾ ਦੀ ਕਬੱਡੀ, ਰਾਣੇ ਦੀ ਕਬੱਡੀ ਤੇ ਗਲਾਬਾ ਮਕੀਦ ਪਹਿਲਾਂ ਤੇ ਚੱਕੀ। ਕਹਿੰਦੇ ਸੁਪਰ ਸਤਾਰਾਂ ਦੀ ਗਿਣਤੀ ਦੇ ਵਿੱਚ ਆਉਂਦਾ ਹੈ, ਸੁਪਰ ਸਤਾਰਾਂ ਦੀ ਗਿਣਤੀ ਹੈ ਚਾਰ ਜਾਤੀ। ਹੁਣ ਕਹਿੰਦੇ ਸਾਰੇ ਪੈ ਗਏ ਮੁਰਗੇ ਏਦਾਂ ਨੀ ਬਣਾ। ਰਾਣੀ ਨੂੰ ਵੀ ਪਤਾ ਲੱਗ ਗਿਆ ਸੀ ਕਿ 25 ਸਕਿੰਟ ਬੀਤ ਗਏ ਆ, ਹੁਣ 5 ਦਿਨ ਬਣਾ ਔਖਾ, ਹੁਣ ਤਾਂ ਕੋਈ ਸਕੀਮ ਹੀ ਆ ਜੇ ਕੰਮ ਆ ਗਈ, ਤੇ ਸਕੀਮ ਹੀ ਆ ਜੇ ਕੰਮ ਆ ਗਈ। ਸਾਹ ਇੱਕ ਬੰਦੂ ਤੇ ਸਾਹ ਇੱਕ ਬੰਦੀ ਖੇਡ ਦੌਰ ਵਿੱਚ ਹੈ। ਅਗਲੀ ਕਬੱਡੀ ਪਾਗਤੀ ਆ ਰਹਿੰਦੇ ਨੇ, ਅਗਲੀ ਕਬੱਡੀ ਜੇਤੀ ਨੇ ਫਿਰ ਖੇਡ ਗਰਾਊਂਡ ਦੇ ਵਿੱਚ ਪਾ ਦਿੱਤੀ ਹੈ। ਦੇਖੀ ਪਾ ਕਬੱਡੀ 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 ਕਹਿੰਦਾ ਕਿ ਨਜ਼ਰ ਹੈ ਇਹ ਜੇਤੀ ਆ। ਇਹਦੇ ਪਾਸੇ ਮਨ ਹੈ, ਇਹਦੇ ਪਾਸੇ ਮਨ ਹੈ, ਮਨ ਹੈ। ਇਹਦੇ ਗੁਰਬੀਰ ਹੈ, ਗੁਰਬੀਰ ਸਿੰਘ ਅੱਖਰ ਹੈ, ਇਹਦੇ ਕਿਸੇ ਨੇ ਮਨ ਜੇਤੀ ਨੇ ਲਾ ਕੇ ਮੱਕ ਦਾ ਨਿਆਣੇ ਕੁਲਫੀ ਖਾ ਕੇ ਤੀ ਲੈ ਛੱਡਦੇ ਆ। ਜੇਤੀ ਨੇ ਅੱਗਾ ਲਾ ਕੇ ਮਾਰਿਆ ਪਿਆਰ ਦੇ ਕੇ ਗਿਆ। ਕਬੱਡੀ ਰਾਣੀ ਦੀ, ਸਾਹਮਣੇ ਰਾਣੀ ਨੇ ਕਹਿੰਦੇ ਕਿ ਐਨ ਹੁਣ ਮਨ ਦੇ ਵਿੱਚ ਸਕੀਮ ਘੱਟੀ ਹੈ, ਸਕੀਮ ਘੜੀ ਗੱਡਣ ਵਾਲੀ ਗੱਲ ਕਰ ਦਿੱਤੀ ਹੈ। ਵੰਜ ਬਰਾਬਰ ਗੱਡਣ ਵਾਲੀ
ਵਾਲੀ ਗੱਲ ਕਰ ਦਿੱਤੀ ਹੈ। ਰੁੱਬੀ ਤਾਏ ਕਬੱਡੀ, ਰੁੱਬੀ ਦੀ ਕਬੱਡੀ ਖੇਡ ਗਰਾਊਂਡ ਦੇ ਵਿੱਚ ਹੈ, ਰੁੱਬੀ ਦੀ ਕਬੱਡੀ ਖੇਡ ਗਰਾਊਂਡ ਦੇ ਵਿੱਚ ਹੈ। ਕਿ ਸਿੰਘ ਫਸਲੇ ਕੁੰਡੀਆਂ ਦੇ ਮੈਂ ਕਬੱਡੀ ਦਾ ਜੋ ਸੋਨਾ ਦੌਰੇ ਫੜਕਾ ਮਨਿਆ ਦੇ ਸਾਡੇ ਸਿੱਖ ਦਾ ਯੋਗ ਖਾਣਾ ਅੱਜ ਕੋਈ ਫਿਰ ਜੀਵ ਦਰਬਾਰ ਦੱਸੇ ਅੱਜ ਕੋਈ ਚੇਲਾ ਸਾਰੇ ਦੇ ਸਿਖਾਉਣ ਦੇ ਛਿੜਨ ਦੇ ਸੰਧਿਆਂ ਕੋਲ ਲਿਆ ਕੇ ਸਿੰਘ ਫਸਲੇ ਕੁੰਡੀਆਂ ਦੇ ਮਿੱਤਰਾ ਬਹਿਲਾ ਗੋਡੀ ਲਾ ਕੇ ਮਿੱਤਰਾ ਬਹਿਲਾ ਗੋਡੀ ਲਾ ਕੇ ਗੋਡੀ ਲਾ ਕੇ ਬੈਠ ਕੇ ਮਾਰੇ ਕਬੱਡੀ ਦੇ ਅਮੰਡ ਸਿੰਘਾਂ ਖੇਡ ਸਟੇਡੀਅਮ ਦੇ ਵਿੱਚ ਹੈ ਜਿੱਥੇ ਵੱਡਾ ਪਾਲਾ ਸਾਹਿਬਾਨ ਸੁਖਚੈਨ ਸਿੰਘ ਜੀ ਸਿਹੀ ਦਾ ਕਬੱਡੀ ਕਬੱਡੀ ਖੇਡ ਅਗਲੀ ਕਬੱਡੀ ਤਾਰ ਲਗਾਉਣਾ ਕਿ ਬੰਦਿਆਂ ਵਾਲੇ ਬੰਦ ਕੇ ਪੰਜ ਕਰਿਆ ਵਾਲਾ ਪਾਣੀ ਆਪਣੀ ਪੰਜਾਬ ਜਾਣ ਵਾਲੇ ਇੱਥੇ ਤੁਸੀਂ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਵਸਦਾ ਹੈ ਰਾਣੀ ਦੀ ਕਬੱਡੀ ਹੈ ਕਹਿੰਦੇ ਸ਼ਾਰਦੂਰ ਦੇ ਖੇਡ ਮੇਲੇ ਦੇ ਵਿੱਚ ਸੋਨੇ ਦੀ ਮੰਜਰੀ ਜਿੱਤੀ ਹੈ ਸੱਜੇ ਵਾਲੇ ਰਾਣੀ ਤੇ ਭਾਗੋ ਜਿਹੜੇ ਸੋਨੇ ਨੇ ਕਬੱਡੀ ਰਾਣੀ ਨੇ ਫਿਰ ਪਾ ਦਿੱਤੀ ਤੇ ਦੂਜੇ ਪਾਸੇ ਵੱਡਾ ਮਾਣ ਪੰਜਾਬੀ ਬਾਬਲੀ ਰਹੇ ਬਲਜੀਤ ਸਿੰਘ ਜੀ ਸਾਡਾ ਵੀ ਫੌਜੀ
ਸ਼ਿਕਾਇਤ ਛੁੱਟੀ ਲੈ ਕੇ ਆਉਂਦਾ ਜਾਂ ਫਿਰ ਦਸ ਭਾਦਰ ਵਾਲੇ ਮੇਲੇ ਤੇ ਜਾਂ ਫਿਰ ਆਹ ਮੇਲੇ ਤੇ ਕਹਿੰਦੇ ਵਜੀਰ ਸਿੰਘ ਫੌਜੀ ਸਿੰਘ ਅੰਮ੍ਰਿਤਸਰ ਦਾ ਭਰਾ ਸ਼ਿਕਾਇਤ ਛੁੱਟੀ ਲੈ ਕੇ ਆਇਆ ਅਦਰ ਸਮੇਂ ਮੰਮੀ ਨੇ ਫੇਰ ਜੱਥਾ ਲਾ ਦਿੱਤਾ ਤੇ ਗੁਰਜ ਨੂੰ ਤੇ ਐਂ ਲੱਗਦਾ ਜਿਵੇਂ ਵਕਤ ਪੈ ਗਿਆ ਕਦੀ ਗੁਰਜ ਸਫਾਈਆਂ ਤੋਂ ਮਜੀਠੇ ਵਾਲੇ ਪਾਸੇ ਨੂੰ ਹੁੰਦਾ ਹੈ ਤੇ ਇੱਧਰਲੇ ਪਾਸੇ ਤੇ ਲਾਗੇ ਹੋਣੀ ਖਿੱਚ ਲੈਂਦੇ ਆ ਜੇ ਸਫਾਈਆਂ ਤੋਂ ਮਜੀਠੇ ਵਾਲੇ ਪਾਸੇ ਨੂੰ ਹੋਣ ਲੱਗਦਾ ਤੇ ਇੱਧਰ ਗੁਲਾਬੀ ਹੋਣੀ ਫੇਰ ਖਿੱਚ ਲੈਂਦੇ ਆ ਕਬੱਡੀ ਰਾਣੇ ਦੀ ਖੇਡ ਗਰਾਊਂਡ ਵਿੱਚ ਰਾਣਿਆ ਪਾ ਦੇ ਕਬੱਡੀ ਰਜੀਤ ਸਿੰਘ ਫੌਜੀ ਸਾਡਾ ਵੀਰ ਪੰਜਾਬੀ ਮਾਂ ਬੋਲੇ ਦੇ ਲਈ ਵੱਡਾ ਮਾਣ ਤੇ ਸਤਿਕਾਰ ਕਰਕੇ ਗਿਆ ਮੈਂ ਵੀਰ ਦਾ ਧੰਨਵਾਦ ਆ ਕਿ ਟੁੱਟੀ ਮੰਜੀ ਵਾਰ ਪੁਰਾਣਾ ਮਿੱਠੂ ਦੇ ਦਿੱਤੇ ਤਾਰੇ ਵਿਸ਼ਨਾ ਫੌਜੀ ਦੇ ਭਾਵੇਂ ਦੂ ਦੁਸ਼ਮਣੇ ਲੱਤ ਮਾਰੇ ਉਹ ਵਿਸ਼ਨਾ ਫੌਜੀ ਦੇ ਭਾਵੇਂ ਦੂ ਦੁਸ਼ਮਣੇ ਲੱਤ ਮਾਰੇ ਸਮੇਂ ਪਹਿਲਾਂ ਪਹਿਲਾਂ ਪੁਰਾਣੇ ਤੇ ਪਹਿਲਾਂ ਪਹਿਲਾਂ ਫਿਰ ਗਿਆ ਤਾਲੇ ਨੇ ਚਾਰ ਤਾਲੇ ਮੱਥੇ ਕਰੇ ਮਾਰੇ ਤਾਲੇ ਨੇ ਨਿੰਮ ਕੇ ਕਰੇ ਚੌਥਾ ਵੀ
ਨੰਬਰਦਾਰ ਅਗਲਾ ਸਪੈਸ਼ਲ ਆਇਆ ਮੇਲਾ ਵੇਖਿਆ
ਟਿਕਦਾ ਕਰ ਗਿਆ। ਮੋਦੀ ਨੇ ਨਵਾਂ ਚਲਾਇਆ 500 ਵਾਲਾ, ਜਦੋਂ ਹਾਲੇ ਬਦਲੂ ਜੀ ਸਮਝ ਨਹੀਂ ਆਉਂਦੀ ਤੇ 100 ਦੇ ਉੱਤੇ ਰੱਖੀਏ ਤੇ 100 ਦੇ ਥੱਲੇ ਕੀਮਤ ਵੱਧ ਕਰ ਸਕਦਾ ਮਨ 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 ਤਲਵਾਰ
ਜਵਾਬ ਖਾ ਦਿੱਤਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆਓ ਸਾਹਮਣੇ ਕਬੱਡੀ ਖੇਡ ਗਰਾਊਂਡ ਵਿੱਚ ਹੈ। ਕਹਿੰਦੇ ਕਬੱਡੀ ਜੇਬਰ ਦੀ ਹੈ ਤੇ ਜੇਬਰ ਤੇ ਰਾਣੇ ਦੇ ਵਿੱਚ ਗੁਰਜੀ ਨੇ ਟੱਕਰ ਲੱਗੀ ਹੈ, ਜੇਬਰ ਤੇ ਰਾਣੇ ਲਈ ਗੁਰਜੀ ਨੇ ਟੱਕਰ ਲੱਗੀ ਹੈ, ਟੱਕਰਾ ਲੱਗੀ ਹੈ, ਟੱਕਰਾ ਲੱਗੀ ਹੈ, ਟੱਕਰਾ ਲੱਗੀ ਹੈ। ਕਿੰਨੇ 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 ਨਵੇਂ ਜੇਬਰ ਦੇ ਨਵੇਂ ਬੈਟ ਫਿਦੇ ਹੈ ਤੇ ਰਾਣੇ ਦੇ ਅੱਠ ਸਾਹਮਣੇ ਕਹਿੰਦੇ ਕਬੱਡੀ ਕੰਡ ਭਰੇ ਫੇਰ ਕਰ ਦਿੱਤੀ ਹੈ। ਗੁਰਜਾ ਗਗਨ ਤੇਰੇ ਪਿੱਛੇ ਜਿਹੜੇ ਗੁਰਜੇ ਬੈਠੇ ਆ ਐਨ ਕਹਿੰਦੇ ਮੁੰਡਿਆਂ ਤੇ ਡਾਂਗ ਖੜਕਾ ਦਿੱਤੀ ਹੈ, ਐਨ ਡਾਂਗ ਖੜਕਾ ਦਿੱਤੀ ਹੈ। ਕਬੱਡੀ ਪੰਡਿਤ ਜੀ ਕਬੱਡੀ ਪੰਡਿਤ ਦੇ ਦੂਜੇ ਪਾਸੇ ਕਹਿੰਦੇ ਖੇਡ ਕਰਨ ਦੀ ਲਈ ਕੋਸ਼ਿਸ਼ ਕਰਦੇ ਆ, ਪਰ ਪੰਡਿਤ ਪੰਡਿਤ ਮੇਰੇ ਸ਼ਾਲ ਤੇ ਤੇ ਮੰਨੀ ਚੀਰਾ ਤੇ ਪੰਡਿਤ ਤੇਜ ਤੇ ਮੰਨੀ ਚੀਰਾ, ਪੰਡਿਤ ਤੇਜ ਤੇ ਮੰਨੀ ਚੀਰਾ, ਪੰਡਿਤ ਤੇਜ ਤੇ ਮੰਨੀ ਚੀਰਾ। ਰਾਜੀ ਨੇ ਵਿੱਚ ਜਦੋਂ ਖੇਡ ਤੇ ਕੱਢ ਕੇ ਮੂੰਹ ਚ ਪਾਲੀ ਨਾ, ਫੇਰ ਇੱਦਾਂ ਲੱਗਾ ਜਿਵੇਂ 28 ਸਕਿੰਟ ਹੋ ਗਏ ਆ ਤੇ ਵੱਜ ਕੇ ਵੱਜ ਕੇ 30 ਐਡ ਕਹਿੰਦੇ ਮੱਲੀ ਨੇ ਜੱਥਾ ਲਾ ਦਿੱਤਾ ਹੈ ਤੇ 500 ਸਾਡੇ ਵੀਰ ਸ਼ਿੰਦੇ ਨੰਬਰਦਾਰ ਵੱਲੋਂ ਮੱਲੀ ਦਾ ਤੇ 500 ਮੰਨ ਤੇ 500 ਰਾਣੇ ਵਾਸਤੇ ਅੰਦਰ ਦੀ ਖੇਡ ਹੈ। ਕਹਿੰਦੇ ਅੰਦਰ ਦੀਆਂ ਭਾਜੀ ਮੋੜਨ ਵਾਲੀ ਗੱਲ ਹੈ, ਅੰਦਰ ਦੀ ਭਾਜੀ ਮੋੜਨ ਵਾਲੀ ਗੱਲ ਹੈ। ਖੇਡ ਗਾਉਂਦ ਵਿੱਚ ਸਾਰੀ ਕੱਢੀ ਸਾਰੀ ਕੱਢੀ ਰਾਣੇ ਦੀ ਤੇ ਸਾਹਮਣੇ ਪਾਲਾ 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 ਖੇਡ ਗਾਉਂਦ ਵਿੱਚ ਆਇਆ ਪਾਲਾ। ਕਹਿੰਦੇ ਆਮ ਗੁਰਜ ਵਾਲੀ ਲੈਣ ਦੇ ਵਿੱਚੋਂ ਇੱਕ ਪਾਸੇ ਕਰਕੇ ਰੱਖ ਦਿੱਤਾ, ਗੁਰਜਾਂ ਵਾਲੀ ਲੈਣ ਚ ਇੱਕ ਪਾਸੇ ਜੇ ਕਰਕੇ ਰੱਖ ਦਿੱਤਾ ਮੁੰਡੇ ਨੂੰ। ਹੁਣ ਮੱਤਾ ਵੀ ਗੁਰਜ ਵਾਲੇ ਪਾਸੇ ਨੂੰ ਵਧੇ ਆਉਂਦਾ ਹੈ, ਗੁਰਜ ਵਾਲੇ ਪਾਸੇ ਨੂੰ ਖੇਡਣ ਮੱਤਾ ਵੀ ਵਧਿਆ ਤੇ ਸਮੇਂ ਹੈ ਕਾਲ ਗੁਰਜ ਜਿੱਤਣ ਦੀ ਕੋਸ਼ਿਸ਼ ਕਰਦਾ। ਕਹਿੰਦੇ ਕਪੱਲਿਆਂ ਵਾਲਾ ਮਨ ਮਾਰਿਆ ਕਹਿੰਦੇ ਤੇਰੇ ਪੁੱਲੀਆਂ ਪੁੱਲੀਆਂ
ਕਹਿੰਦੇ ਜਾਤੀ ਦੇ ਖਾਤੇ ਨੇ ਪਹਿਲਾਂ ਕੱਟ ਕਰ ਗਿਆ ਸੀ ਕਿਤੇ ਰਮਦਾਸ ਵਾਲਾ ਕੱਚੀ, ਹੁਣ ਐਂ ਲੱਗਦਾ ਜਿਵੇਂ ਜੋਬਨ ਦਾ ਰਾਹ ਪੱਧਰਾ ਹੋ ਗਿਆ, ਜੋਬਨ ਦਾ ਰਾਹ ਪੱਧਰਾ ਹੋ ਗਿਆ। ਪਰ ਅੰਦਰ ਜਿਹੜੇ ਪੱਧਰੇ ਪੱਧਰੇ ਰਾਹ ਹੈ ਨਾ, ਇਹ ਵੀ ਮਨ ਪਾਈ ਜਾਂਦਾ, ਜਿਹੜੇ ਪੱਧਰੇ ਪੱਧਰੇ ਰਾਹ ਇਹਨਾਂ ਦਿੱਤੇ ਇਹ ਮਨ ਪਾਈ ਜਾਂਦਾ। ਕਹਿੰਦੇ ਉਹ ਨਿਜ਼ਾਮ ਪਰਿਵਾਰ ਖੁਸ਼ ਹੈ ਕਿਉਂਕਿ ਮਨ ਬੱਲੇ ਦਾ ਪਿੰਡ ਹੈ ਤੇ ਕਹੋ ਦੀ ਯਾਰੀ ਪੱਲੇ ਵਾਲੇ ਬੱਲੇ ਦੇ ਪੱਤੇ ਤੇ ਕਹਿੰਦੇ ਢਿੱਲ ਵਰਗੀ ਹੈ। ਜਨਮ ਭਾਵੇਂ ਮਨ ਦੇ ਘਰ ਗਿਰ ਜਾਣਾ, ਪਰ ਕਮਲ ਨੂੰ ਪਤਾ ਜਾਣਾ ਤੇ ਯਾਰ ਦੇ ਪਿੰਡ ਹੈ। ਅੱਜ ਮਨ ਸਭ ਕਿੰਨੇ ਜੱਥੇ ਹੋ ਗਏ, ਮੰਨ ਗਏ ਸੱਤ ਜੱਥੇ ਲਾ ਦਿੱਤੇ, ਮਨ ਨੇ ਸੱਤ ਜੱਥੇ ਲਾ ਦਿੱਤੇ ਹੈ। ਅਗਰ ਜੀਵਨ ਤੇ ਕੱਤੀ ਜਿਹੜੀਆਂ ਮੇਰੀਆਂ ਮਾਂ ਪਾਉਂਦੀਆਂ ਤੇ ਮੈਂ ਤੇਰੇ ਛੇ ਪਾਉਂਦੇ ਆ।
ਹਾਂ 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 ਜ਼ਰੂਰ ਹੈ ਮਨਿਆ ਪਾਲਤਾ ਸੋ